ਲੁਧਿਆਣਾ ਸਿਵਲ ਹਸਪਤਾਲ ਪਹੁੰਚੇ ਰਾਜਿਆ ਸਭਾ ਮੈਂਬਰ ਸੰਜੀਵ ਅਰੋੜਾ, ਜਹਾਂ ਉਨ੍ਹੋਂਨੇ ਸਿਵਲ ਹਸਪਤਾਲ ਕਾ ਜਾਇਜ਼ਾ ਲਿਆ ਔਰ ਸਿਵਲ ਹਸਪਤਾਲ ਮੇਂ ਪਿਛਲੇ ਲੰਬੇ ਸਮੇਂ ਸੇ ਜੋ ਵੀ ਪਰੇਸ਼ਾਨੀਆਂ ਔਰ ਕਮੀਆਂ ਥੀ ਉਨ੍ਹੇ ਦੂਰ ਕਰਨੇ ਕੀ ਬਾਤ ਕਹੀ। ਉਨ੍ਹੋਂਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਸੇ ਸਿਵਲ ਹਸਪਤਾਲ ਮੇਂ ਮਰੀਜ਼ੋ ਕੀ ਸੁਵਿਧਾ ਕੇ ਲੀਏ ਲਗਾਈ ਗਈ ਲਿਫਟ ਵਰਕ ਨਹੀਂ ਕਰ ਰਹੀ। ਪਹਿਲੇ ਵੀ ਦੋ ਸਰਕਾਰੇ ਰਹਿ ਚੁੱਕੀ ਹੈ, ਪਰ ਅਬ ਜਲਦ ਹੀ ਇੱਕ ਹਫ਼ਤੇ ਮੇਂ ਲਿਫਟ ਸ਼ੁਰੂ ਕਰ ਦੀ ਜਾਏਗੀ। ਇਸਕੇ ਇਲਾਵਾ ਉਨ੍ਹੋਂਨੇ ਕਿਹਾ ਕਿ ਸਿਵਲ ਹਸਪਤਾਲ ਮੇਂ ਸੀਵਰੇਜ ਬਹੁਤ ਪੁਰਾਣਾ ਹੋ ਚੁੱਕਾ ਹੈ, ਜਿਸੇ ਦੁਬਾਰਾ ਸੇ ਨਿਆ ਡਾਲਾ ਜਾਏਗਾ ਔਰ ਸਿਵਲ ਹਸਪਤਾਲ ਕੇ ਸਾਰੇ ਰੋਡ ਨਹੀਂ ਬਣਾਏ ਜਾਏਗੇ ਔਰ ਸਿਵਲ ਹਸਪਤਾਲ ਕੀ ਦੀਵਾਰੇ ਟੂਟੀ ਹੋਣੇ ਕੇ ਕਾਰਨ ਚੋਰੀ ਕੀ ਘਟਨਾਏ ਘਟਤੀ ਰਹਿਤੀ ਹੈ ਔਰ ਸਭੀ ਦੀਵਾਰੇ ਰਿਪੇਅਰ ਕਰਕੇ ਉੱਚੀ ਕੀ ਜਾਏਗੀ। ਉਨ੍ਹੋਂਨੇ ਕਿਹਾ ਕਿ ਸਿਵਲ ਹਸਪਤਾਲ ਮੇਂ ਚੂਹੋਂ ਕੀ ਬਹੁਤ ਬੜੀ ਸਮੱਸਿਆ ਹੈ, ਜਿਸਕਾ ਵੀ ਹੱਲ ਕੀਆ ਜਾਏਗਾ ਔਰ ਹਸਪਤਾਲ ਮੇਂ ਆਧੁਨਿਕ ਮਸ਼ੀਨਰੀ ਲਾਈ ਜਾਏਗੀ। ਉਨ੍ਹੋਂਨੇ ਕਿਹਾ ਕਿ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲ ਕੋ ਮਾਤ ਦੇਂਗੇ। ਔਰ ਕਿਆ ਕਹਿਣਾ ਥਾ, ਰਾਜਯ ਸਭਾ ਮੈਂਬਰ ਸੰਜੀਵ ਅਰੋੜਾ ਕਾ ਜਨਸਭਾ ਐਕਸਪ੍ਰੈਸ ਟੀਵੀ ਕੇ ਲੀਏ ਲੁਧਿਆਣਾ ਸੇ ਜਸਵਿੰਦਰ ਸਿੰਘ ਕੀ ਰਿਪੋਰਟ। ਕਿਹੜੇ ਕੰਮਾਂ ਦਾ ਜਿਹੜਾ ਜਾਇਜ਼ਾ ਲਿਆ ਗਿਆ, ਕੀ ਹਾਲਾਤ ਹੋਏ? ਇਸ ਤਰ੍ਹਾਂ ਜੀ, ਸਿਵਲ ਹੋਸਪਿਟਲ 'ਚ ਆਪਣੇ ਸਿਵਲ ਸਰਜਨ ਸਾਹਿਬ ਵੀ ਬੈਠੇ, SMO ਮੈਡਮ ਬੈਠੇ, ਆਪਣੇ DC ਸਾਹਿਬ ਬੈਠੇ। ਹੁਣ ਸਾਡੀ ਇਹ ਜੋ ਅਸੀਂ ਪੂਰਾ ਜਾਇਜ਼ਾ ਲਿੱਤਾ, ਪੂਰੀ ਡਿਸਕਸ਼ਨ ਕੀਤੀ। ਇੱਕ ਤਾਂ ਸਿਵਲ ਪਾਰਟ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਕਈ ਸਾਲਾਂ ਦਾ ਪੁਰਾਣਾ ਸੀਵਰੇਜ ਚੱਲਿਆ ਆ ਰਿਹਾ ਸੀਗਾ, ਸਾਰਾ ਸੀਵਰੇਜ ਅਸੀਂ ਰੀਲੇ ਕਰਤਾ, ਮਤਲਬ ਕਿ ਨਵਾਂ ਸੀਵਰੇਜ ਪਾਤਾ। ਉਹਦੇ ਨਾਲ ਹਾਈਜੈਨਿਕ ਕੰਡੀਸ਼ਨ ਵੀ ਹੋ ਜਾਂਦੀਆਂ ਔਰ ਦੂਜੀ ਗੱਲ ਇਹ ਹੈ ਕਿ ਕੋਈ ਬਲੋਕੇਜ ਨਹੀਂ ਹੁੰਦੀ ਹੋਸਪਿਟਲ 'ਚ। ਇੱਕ ਲਿਫਟਾਂ ਬੜੀ ਦੇਰ ਦੀਆਂ ਬੰਦ ਪਈਆਂ ਸੀ, ਦੋ ਲਿਫਟਾਂ ਹੈਗੀਆਂ ਇੱਥੇ ਜੌਨਸਨ ਦੀਆਂ ਲੱਗੀਆਂ, ਉਹ ਜੌਨਸਨ ਵਾਲੇ ਇੱਥੇ ਆਏ ਆ, ਉਹਨਾਂ ਨੂੰ ਵੀ ਅੱਜ ਬੁਲਾਇਆ ਸੀ, ਉਹਨਾਂ ਨੂੰ ਕੰਟਰੈਕਟ ਦੇ ਚੁੱਕੇ ਹਾਂ ਅਸੀਂ। ਔਰ ਉਹ ਮੰਡੇ ਨੂੰ ਇੱਕ ਲਿਫਟ ਚਾਲੂ ਹੋ ਰਹੀ ਹੈ, ਉਸ ਤੋਂ ਹਫ਼ਤੇ ਬਾਅਦ ਦੂਜੀ ਚਾਲੂ ਹੋ ਰਹੀ। ਇਹ ਦੇਖੋ ਕਿੰਨੇ ਸਾਲਾਂ ਦੀ ਬੰਦ ਪਈ ਸੀ, ਤੀਜੀ ਸਰਕਾਰ 'ਚ ਚਾਲੂ ਹੋ ਰਹੀ ਹੈ, ਪਿਛਲੀਆਂ ਦੋ ਸਰਕਾਰਾਂ 'ਚ ਲਿਫਟਾਂ ਹੀ ਬੰਦ ਸੀ। ਅੱਛਾ, ਫਿਰ ਉਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਜੇ ਤੁਸੀਂ ਉੱਧਰ OPD ਵਾਲੇ ਪਾਸੇ ਜਾਓ, ਸਾਰੀ ਪੇਂਟਿੰਗ ਦੁਬਾਰਾ ਕਰ ਰਹੇ ਹੈਗੇ ਹਾਂ। ਸਾਰੀ ਜਿਹੜੀ ਚਾਰਦੀਵਾਰੀ ਹੈ ਉਹ ਪੂਰੀ, ਜਿੱਥੇ ਜਿੱਥੇ ਰਿਪੇਅਰ ਲੋਡ ਹੈ ਰਿਪੇਅਰ ਹੋ ਰਹੀ, ਜਿੱਥੇ ਉੱਚੀ ਕਰਨੀ ਉੱਚੀ ਹੋ ਰਹੀ ਹੈ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਪੂਰਾ ਅਸੀਂ ਕਰ ਰਹੇ ਹਾਂ। ਜਿੱਥੇ ਜਿੱਥੇ ਤੁਹਾਨੂੰ ਮਿੱਟੀ ਦਿਸਦੀ ਹੈ ਜਾਂ ਜਿੱਥੇ ਜਿੱਥੇ ਤੁਹਾਨੂੰ ਸੜਕ ਲੱਗਦੀ, ਸਾਰੇ ਅਸੀਂ ਰੀਲੇ ਕਰ ਰਹੇ ਹਾਂ, ਉਹ ਪੇਵਰ ਲਗਾ ਰਹੇ ਹਾਂ ਔਰ ਸੜਕਾਂ ਸਾਰੀਆਂ ਰੀਲੇ ਕਰ ਰਹੇ ਹਾਂ। ਇਹ ਸਾਰੇ ਅੱਜ ਫੈਸਲੇ ਪਹਿਲਾਂ ਹੀ ਲਿੱਤੇ ਗਏ ਸੀਗੇ, ਪਰ ਅੱਜ ਸਾਰੇ ਕੰਟਰੈਕਟਰ ਬੁਲਾਏ ਸੀ, ਸਾਰੇ ਬੰਦੇ ਬੁਲਾਏ ਸੀ ਅਤੇ ਸਾਰਿਆਂ ਨੂੰ ਅਸੀਂ ਕੰਮ ਦਿੱਤਾ। ਜਿਹੜੀ ਉੱਪਰ ਛੱਤਾਂ ਦੀ ਵਾਟਰ ਪਰੂਫਿੰਗ ਆ ਉਹਦਾ ਦਿੱਤਾ, ਹਾਲੇ ਤਾਂ ਉਹ ਕੰਮ ਕਰ ਰਹੇ ਹਾਂ ਜਿਹੜੇ ਜ਼ਿਆਦਾ ਨਹੀਂ ਦਿਸ ਰਹੇ। ਹੁਣ ਅੱਗੇ ਜਾ ਕੇ ਅਸੀਂ ਉਹ ਕੰਮ ਕਰਨੇ ਆ ਜਿਹੜੇ ਨੈਚੁਰਲੀ ਦਿਸ, ਜਿਸ ਤਰ੍ਹਾਂ ਸੀਵਰੇਜ ਦਾ ਪਤਾ ਨਹੀਂ ਲੱਗਦਾ ਥੱਲੇ ਹੋ ਰਿਹਾ, ਚਾਰ ਦੀਵਾਰੀ ਦਾ ਨਹੀਂ ਪਤਾ ਲੱਗਦਾ। ਇਹ ਕੰਮ ਤਾਂ ਜ਼ਰੂਰੀ ਸੀ, ਇੱਥੇ ਚੀਜ਼ਾਂ ਦੀ ਥੈਫਟ ਵੀ ਬਹੁਤ ਹੋ ਰਹੀ ਸੀ, ਕਿਤੇ ਕਿਤੇ ਦੀਵਾਰ ਥੱਲੇ ਸੀ, ਹੁਣ ਉਹ ਦੀਵਾਰ ਦੇ ਉੱਤੇ ਅਸੀਂ ਸਿਕਿਉਰਿਟੀ ਸਿਸਟਮ ਲਗਾ ਰਹੇ ਹਾਂ, ਸਾਰਾ ਕੁਝ ਕਰ ਰਹੇ ਹੈਗੇ। ਹੋਰ ਦੱਸੋ ਸਰ, ਸਮੇਂ ਸਮੇਂ 'ਤੇ ਜਿਹੜੇ ਨੇ ਸਵਾਲ ਖੜੇ ਕੀਤੇ ਜਾਂਦੇ, ਹੁਣ ਬਾਹਰ ਇੱਕ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਵਾ ਕਿ ਜਿਹੜੀ ਆ ਬੈੱਡਾਂ ਦੀ ਗਿਣਤੀ ਪੂਰੀ ਨਹੀਂ, ਮਸ਼ੀਨਾਂ ਦੀ ਗਿਣਤੀ ਪੂਰੀ ਨਹੀਂ, ਜਾਂ ਫਿਰ ਇੰਪਲਾਈਜ਼ ਦੀ ਗੱਲ ਕਰੀਏ ਵੀ ਡਾਕਟਰ ਦੀ ਜਿਹੜੀ ਘਾਟ ਆ। ਨਹੀਂ, ਬੈੱਡਾਂ ਦੀ ਗਿਣਤੀ ਪੂਰੀ ਹੈ, ਬੈੱਡਾਂ ਦੀ ਗਿਣਤੀ ਕਿੱਦਾਂ ਪੂਰੀ ਨਹੀਂ ਗਿਣਤੀ? ਮਰੀਜ਼ ਸਰ, ਜਦੋਂ ਅਸੀਂ ਪਿੱਛੇ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ, ਡੈਡ ਬੋਡੀ ਦੇ ਨਾਲ ਇੱਕ ਜਿਹੜਾ ਮਰੀਜ਼ ਪਾਇਆ ਗਿਆ ਸੀ, ਜਿੱਦਾਂ ਕਈ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਵੀ ਉਹ ਜੀ ਕਿਸੇ ਵੇਲੇ ਕੋਈ ਬਿਮਾਰੀ ਫੈਲੀ ਹੁੰਦੀ ਹੈ, ਓਵਰ ਬਰਡਨ ਹੋ ਜਾਂਦਾ। ਦੇਖੋ ਅਸੀਂ ਕੀ ਕਰ ਰਹੇ ਹੈਗੇ ਹਾਂ,
ਕਿ ਜਿਹੜੀ ਇਹ ਤੁਸੀਂ ਬੈੱਡਾਂ ਦੀ ਗੱਲ ਕਹੀ ਹੈ, ਬੈੱਡਾਂ ਦੀ ਐਡੀ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜਾ ਹੋਰ ਤੁਸੀਂ ਕੀ ਕਿਹਾ, ਸਟਾਫ ਆਲਰੇਡੀ ਭਰਤੀ ਚਾਲੂ ਹੋ ਚੁੱਕੀ ਹੈਗੀ ਹੈ, ਜਿਹੜੀ ਕਿ ਪਹਿਲਾਂ ਬੜੇ ਸਾਲਾਂ ਦੀ ਬੰਦ ਸੀਗੀ, ਭਰਤੀ ਚਾਲੂ ਹੋ ਚੁੱਕੀ ਹੈ। ਮੈਨੂੰ ਸਿਵਲ ਸਰਜਨ ਸਾਹਿਬ ਨੇ ਦੱਸਿਆ ਵੀ ਹੁਣੇ ਐਡ ਵੀ ਆ ਚੁੱਕੀ ਪੰਜਾਬ ਹੈਲਥ ਸਰਵਿਸਿਜ਼ ਵੱਲੋਂ, ਇਹ ਬੜੀ ਜਲਦੀ ਭਰਤੀਆਂ ਪੂਰੀਆਂ ਹੋ ਜਾਣਗੀਆਂ, ਡਾਕਟਰਾਂ ਦੀਆਂ ਵੀ ਅਤੇ ਨਰਸਿੰਗ ਸਟਾਫ ਦੀਆਂ ਵੀ। ਬਾਕੀ ਜਿਹੜਾ ਰਹਿ ਗਿਆ ਕਲਾਸ 4, ਉਹ ਕੁਛ ਕੰਟਰੈਕਟ 'ਤੇ ਕੰਮ ਦਿੱਤੇ ਆ, ਉਹ ਪੂਰਾ ਹੈਗਾ ਸਟਾਫ। ਨਰਸਿੰਗ ਵੀ ਘੱਟ ਨਹੀਂ ਹੈਗਾ, ਜੋ ਸਾਨੂੰ ਚਾਹੀਦਾ ਹੁੰਦਾ ਉਹ ਅਸੀਂ ਲੈ ਲਈਦਾ, ਚਾਹੇ ਅਸੀਂ ਕੰਟਰੈਕਟ 'ਤੇ ਲਈਏ ਚਾਹੇ ਬਾਹਰੋਂ ਲਿਆਈਏ। ਹੁਣ ਇਹਨਾਂ ਨੇ ਵੀ ਜਿੱਥੇ ਜਿੱਥੇ ਸਟਾਫ ਜ਼ਿਆਦਾ ਹੁੰਦਾ ਉਹਨੂੰ ਡਿਵਾਈਡ ਕਰਕੇ ਕਰਦੇ। ਦੇਖੋ ਲੁਧਿਆਣਾ ਸ਼ਹਿਰ ਜਦੋਂ ਇਹ ਸਿਵਲ ਹੋਸਪਿਟਲ ਬਣਿਆ ਸੀ ਉਦੋਂ ਇਹਦੀ ਪਾਪੂਲੇਸ਼ਨ ਲੁਧਿਆਣੇ ਦੀ ਹੋਣੀ ਹੈ ਮੈਨੂੰ ਲੱਗਦਾ 8-10 ਲੱਖ। ਅੱਜ ਪਾਪੂਲੇਸ਼ਨ ਕੋਈ 50 ਲੱਖ ਕਹਿੰਦਾ, ਕੋਈ 30 ਲੱਖ ਕਹਿੰਦਾ, ਕੋਈ 40 ਲੱਖ ਕਹਿੰਦਾ। ਦੇਖੋ ਇਨਫਰਾਸਟ੍ਰਕਚਰ ਵੱਧਦੇ ਟਾਈਮ ਲੱਗਦਾ, ਬਟ ਹੁਣ ਅਸੀਂ ਬੜਾ ਸੀਰੀਅਸਲੀ ਇਹਨੂੰ ਲੈ ਰਹੇ ਹਾਂ। ਇਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਮੁਕਾਬਲੇ ਦਾ ਬਣੇਗਾ ਆਪਣਾ ਸਿਵਲ ਹਸਪਤਾਲ। ਹਾਂਜੀ, ਅੱਛਾ ਹੁਣ ਸੁਣੋ ਚੂਹਿਆਂ ਦੀ ਗੱਲ। ਇਹ ਇੱਥੇ ਆਪਣੇ ਨਾਲ ਬੈਠੇ ਹੈਗੇ ਕੀ ਨਾਮ, ਜਿਹੜੇ ਪੈਸਟ ਕੰਟਰੋਲ ਦੇ ਆਰ ਦੀ ਬੈਸਟ ਇਨ ਨਦਰਨ ਇੰਡੀਆ। ਪਿਛਲੇ  3 ਮਹੀਨੇ ਤੋਂ ਇਹ ਕਰ ਰਹੇ ਹੈਗੇ ਆ ਪੈਸਟ ਕੰਟਰੋਲ, ਪਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਦਾ ਚੂਹਾ ਲੱਭੇ ਤਾਂ ਨਹੀਂ ਲੱਭਦਾ। ਇਹ ਨਹੀਂ ਕਿ ਸਾਨੂੰ ਲੱਭਣਾ ਲੋੜ ਹੈਗੀ ਹੈ, 3 ਮਹੀਨੇ ਅੱਜ ਅਸੀਂ ਟੋਟਲ ਰੋਡੈਂਟ ਕੰਟਰੋਲ ਕਰਤਾ ਔਰ ਬਿਲਕੁਲ ਠੀਕ ਹੈ ਨਾ। ਅਸੀਂ ਤੁਸੀਂ ਜਾ ਕੇ ਮਰੀਜ਼ਾਂ ਨੂੰ ਪੁੱਛ ਲਓ, ਸਟਾਫ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਹੁਣ ਇੱਥੇ ਉਹ ਪ੍ਰੋਬਲਮ ਨਹੀਂ ਰਹੀ ਰੋਡੈਂਟ ਦੀ। ਔਰ ਮੈਂ ਮਿਊਨਿਸਪਲ ਕਮਿਸ਼ਨਰ ਹੈਗੇ ਸੰਦੀਪ ਰਿਸ਼ੀ ਜੀ, ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਬਿਲਕੁਲ ਇਹ ਹੋਸਪਿਟਲ ਦੇ ਪਿੱਛੇ ਡੰਪ ਯਾਰਡ ਸੀ, ਉਹਨਾਂ ਨੇ ਉੱਥੋਂ ਡੰਪ ਯਾਰਡ ਵੀ ਚੱਕਤਾ ਅਤੇ ਉਹ ਵੀ ਸਾਨੂੰ ਬੜੀ ਹੈਲਪ ਹੋਈ ਹੈ। ਸਰ, ਇੱਕ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਨੂੰ ਲੈ ਕੇ ਚਾਹੇ ਅੱਜ ਅੱਜ ਵੀ ਧਰਨਾ ਉਹ ਪ੍ਰਦਰਸ਼ਨ ਦੇ ਵਿੱਚ ਜਿਹੜੀ ਮੰਗ ਲਿਖੀ ਗਈ ਹੈ ਅਤੇ ਅਕਸਰ ਅਸੀਂ ਦੇਖਦੇ ਹਾਂ ਕਿਸੇ ਹਸਪਤਾਲ ਦੇ ਵਿੱਚ ਧਰਨਾ ਪ੍ਰਦਰਸ਼ਨ ਇਸ ਮੰਗ ਨੂੰ ਲੈ ਕੇ ਵੀ ਚੱਲਦਾ ਰਹਿੰਦਾ। ਚਲੋ ਜੀ, ਉਹ ਮੇਰਾ ਰੋਲ ਨਹੀਂ ਹੈਗਾ, ਮੇਰਾ ਤਾਂ ਇਹ ਹੈ ਵੀ ਇਹ ਸਿਵਲ ਹੋਸਪਿਟਲ ਨੂੰ ਚੰਗਾ ਬਣਾਇਆ ਜਾਵੇ। ਜਿਹੜਾ ਇਕੁਪਮੈਂਟ ਦੀ ਲੋੜ ਹੈ ਮੈਂ ਇਕੁਪਮੈਂਟ ਲਿਆ ਕੇ ਦੇ ਰਿਹਾ, ਕੁਛ CSR 'ਚੋਂ ਹੈ, ਕੁਛ MP-LED ਫੰਡ ਤੋਂ ਹੈ, ਇਹ ਸਾਰਾ ਕਰਕੇ। ਨਾਲੇ ਇੱਕ ਸਿਵਲ ਹੋਸਪਿਟਲ ਨਹੀਂ, 3 ਸਿਵਲ ਹੋਸਪਿਟਲ ਮੈਂ ਟੇਕ ਕੇਅਰ ਕਰ ਰਿਹਾ, ਇੱਕ ਸੰਗਰੂਰ, ਇੱਕ ਜਲੰਧਰ, 3 ਸਿਵਲ ਹੋਸਪਿਟਲ ਬਿਲਕੁਲ ਪ੍ਰਾਈਵੇਟ ਹੋਸਪਿਟਲ ਵਾਲੇ ਬਣ ਜਾਣਗੇ। ਜਿਹੜੀਆਂ ਇਹ ਤੁਸੀਂ ਭਰਤੀਆਂ ਦੀ ਗੱਲ ਕੀਤੀ, ਭਰਤੀਆਂ ਚੱਲ ਰਹੀਆਂ, ਪਰ ਜਿਹੜੇ ਪੱਖੇ ਹੋਣ ਦੀ ਗੱਲ ਹੈ ਇਹ ਮੇਰਾ ਰੋਲ ਨਹੀਂ ਹੈਗਾ ਔਰ ਮੇਰਾ ਦਾਇਰਾ ਨਹੀਂ ਹੈਗਾ, ਸੋ ਇਹਦੇ 'ਤੇ ਮੈਂ ਕੋਈ ਕਮੈਂਟ ਕਰਨਾ ਨਹੀਂ ਚਾਹੂੰਗਾ। ਸਰ, ਇਸ ਤੋਂ ਇਲਾਵਾ ਜਿਹੜਾ ਸਿਵਲ ਹਸਪਤਾਲ ਨੂੰ ਸੜਕੇ ਸਵਾਲ ਆ, ਤੁਸੀਂ ਪਿੱਛੇ ਹਲਵਾਰਾ ਜਿਹੜਾ ਏਅਰਪੋਰਟ ਉਹਦਾ ਵੀ ਦੌਰਾ ਕੀਤਾ ਸੀਗਾ? ਨਹੀਂ, ਹਲਵਾਰਾ ਏਅਰਪੋਰਟ ਮੈਂ ਕੱਲ੍ਹ ਸਵੇਰੇ ਦੁਬਾਰਾ ਜਾ ਰਿਹਾ ਜੀ। ਹਲਵਾਰਾ ਏਅਰਪੋਰਟ ਸਾਡਾ ਸਿਵਲ ਪੋਰਸ਼ਨ ਬਿਲਕੁਲ ਤਿਆਰ ਹੈ, ਜਿਹੜਾ ਸਿਵਲ ਪਾਰਟ ਹੈ, ਜਿੱਦਾਂ ਮਤਲਬ ਕਿ ਕਨਵੇਅਰ ਬੈਲਟਸ ਹੋਰ ਪੂਰਾ ਟਰਮੀਨਲ ਬਣ ਚੁੱਕਾ, ਉੱਥੇ ਕੋਈ ਕੰਮ ਪੈਂਡਿੰਗ ਨਹੀਂ ਪੰਜਾਬ ਗੌਰਮੈਂਟ ਵੱਲੋਂ, PWD ਵੱਲੋਂ। ਉਹਨਾਂ ਦੇ ਵੀ ਬਾਈ ਚਾਂਸ, ਕਿਉਂਕਿ ਉਹ ਸਿਵਲ ਹੋਸਪਿਟਲ 'ਚ ਵੀ ਕੰਮ ਕਰ ਰਹੇ ਆ ਅਤੇ ਹਲਵਾਰਾ ਏਅਰਪੋਰਟ 'ਤੇ ਵੀ ਕਰ ਰਹੇ ਆ, ਕਬੀਰ ਇਨਫਰਾ ਵਾਲੇ ਇੱਥੇ ਬੈਠੇ ਵੀ ਹੈ। ਹੁਣ ਇੱਕ 57 ਮੀਟਰ ਦਾ, ਕਿਉਂ ਜੀ 57 ਹੀ ਹੈ, 57 ਮੀਟਰ ਦੀ ਇੱਕ ਸਟ੍ਰਿਪ ਇੰਡੀਅਨ ਏਅਰਫੋਰਸ ਨੇ ਬਣਾਉਣੀ ਹੈ, ਉਹਨੂੰ ਜੁਆਇਨ ਕਰਨੀ ਹੈ ਇੱਧਰ ਸਿਵਲ ਵਾਲੇ ਪਾਰਟ 'ਤੇ। ਉਹ ਵੀ ਉਹਨਾਂ ਦਾ ਕੰਮ ਜੋ ਮੈਨੂੰ ਪਤਾ ਲੱਗਿਆ ਕੱਲ੍ਹ ਤੋਂ ਚਾਲੂ ਹੋ ਗਿਆ, ਮੈਂ ਕੱਲ੍ਹ ਜਾ ਰਿਹਾ, ਕੱਲ੍ਹ ਉੱਥੇ ਮੈਂ ਦੇਖੂੰਗਾ। ਔਰ ਉਹ ਜਦੋਂ ਦੋਨੋਂ ਜੁਆਇਨ ਹੋ ਗਏ ਤਾਂ ਸਾਡਾ ਏਅਰਪੋਰਟ ਦਾ ਕੰਮ ਪੂਰਾ ਆਲਮੋਸਟ ਹੁਣ ਏਅਰਪੋਰਟ ਕੰਪਲੀਟ ਹੈ। ਜਿਸ ਦਿਨ ਉਹ ਸਟ੍ਰਿਪਸ ਜੁਆਇਨ ਹੋ ਗਈਆਂ ਫਿਰ ਅਸੀਂ ਏਅਰਲਾਈਨਾਂ ਦੇ ਪਿੱਛੇ ਹੋਵਾਂਗੇ ਕਿ ਸਾਨੂੰ ਪਲੇਨ ਦਿਓ ਔਰ ਇੱਥੇ ਜਲਦੀ ਤੋਂ ਜਲਦੀ ਸਰਵਿਸਿਜ਼ ਚਾਲੂ ਕਰੋ। ਏਅਰਪੋਰਟ ਤੁਸੀਂ ਕਹਿ ਸਕਦੇ ਹੋ ਵੀ 100% ਸਾਡੇ ਵਾਲਾ ਪਾਸਾ ਤਿਆਰ ਹੈ। ਹੁਣ ਉਹ ਏਅਰਫੋਰਸ ਨੇ ਜੋ ਉਹਨਾਂ ਦੀਆਂ ਫਾਰਮੈਲਿਟੀਜ਼ ਹੁੰਦੀਆਂ, ਜੋ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਦੇਖਣਾ, ਉਹ ਲੱਗੇ ਹੋਏ, ਉਹ ਵੀ ਚਾਲੂ ਹੋ ਜਾਏਗਾ ਜਦ।